ਫਰੈਂਡਸ, ਅੱਜ ਕੱਲ੍ਹ ਦਾ ਜਿਹੜਾ ਸਾਡਾ ਲਾਈਫ ਸਟਾਈਲ ਹੈ, ਇਟ ਇਜ਼ ਫੁੱਲ ਆਫ ਸਟ੍ਰੈੱਸ। ਹਰ ਚੀਜ਼ ਦਾ ਸਾਨੂੰ ਸਟ੍ਰੈੱਸ ਰਹਿੰਦਾ ਹੈ ਔਰ ਇਹਦਾ ਸਿੱਧਾ ਅਸਰ ਸਾਡੀ ਮੈਂਟਲ ਹੈਲਥ 'ਤੇ ਪੈਂਦਾ ਹੈ। ਬੋਡੀ ਚਾਹੇ ਸਾਥ ਦੇ ਰਹੀ ਹੈ ਜਾਂ ਨਹੀਂ ਦੇ ਰਹੀ, ਲੇਕਿਨ ਸਾਡਾ ਮਾਇੰਡ ਫਟੀਗਡ ਰਹਿੰਦਾ ਹੈ ਬਿਕੋਜ਼ ਬਹੁਤ ਸਾਰੀਆਂ ਚੀਜ਼ਾਂ ਇਕਦਮ ਸਾਡੇ ਮਾਇੰਡ ਨੂੰ ਪ੍ਰੈਸ਼ਰਾਈਜ਼ ਕਰਦੀਆਂ ਹੈ। ਵਰਕਪਲੇਸ ਦਾ ਸਟ੍ਰੈੱਸ ਹੈ, ਪ੍ਰੋਫੈਸ਼ਨਲ ਸਟ੍ਰੈੱਸ ਹੈ, ਤੁਹਾਡੇ ਰਿਲੇਸ਼ਨਸ ਦਾ ਸਟ੍ਰੈੱਸ ਹੈ, ਹੈਲਥ ਦੇ ਕਿਸੇ ਇਸ਼ੂ ਦਾ ਸਟ੍ਰੈੱਸ ਹੈ, ਔਰ ਇਹ ਸਾਰੀਆਂ ਚੀਜ਼ਾਂ ਮਿਲ ਕੇ ਤੁਹਾਡੇ ਮਾਇੰਡ ਦੀ ਐਫੀਸ਼ੈਂਸੀ ਨੂੰ ਅਫੈਕਟ ਕਰਦੀਆਂ ਹੈ। ਅੱਜ ਦੇ ਹੈਲਥ ਟਿਪ ਦੇ ਵਿੱਚ ਆਪਾਂ ਗੱਲ ਕਰਨ ਵਾਲੇ ਹਾਂ ਕੁਝ ਐਸੇ ਸੁਪਰ ਫੂਡਸ ਬਾਰੇ ਜਿਹੜੇ ਤੁਹਾਡੇ ਮਾਇੰਡ ਨੂੰ ਐਨਰਜਾਈਜ਼ ਰੱਖਣਗੇ, ਤਰੋ ਤਾਜ਼ਾ ਕਰਕੇ ਤੁਹਾਨੂੰ ਇੱਕ ਨਵੀਂ ਐਨਰਜੀ ਔਰ ਸਟੈਮਿਨਾ ਦੇਣਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਫਾਈਬਰ ਬਾਰੇ। ਫਾਈਬਰ ਇਜ਼ ਵੈਰੀ ਵੈਰੀ ਸਿੰਪਲ ਟੂ ਇਨਕਲੂਡ ਇਨ ਯੋਰ ਡਾਇਟ। ਤੁਹਾਨੂੰ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਮਾਇੰਡ ਫਰੈਸ਼ ਨਹੀਂ ਹੁੰਦਾ, ਪੇਟ ਫਰੈਸ਼ ਨਹੀਂ ਹੁੰਦਾ, ਤਾਂ ਤੁਸੀਂ ਫਾਈਬਰ ਆਪਣੇ ਡਾਇਟ ਵਿੱਚ ਇਨਕਲੂਡ ਕਰੋ। 20 to 30 ਗ੍ਰਾਮਸ ਆਫ ਫਾਈਬਰ ਪਰ ਡੇ ਲੈਣਾ ਤੁਹਾਡੇ ਵਾਸਤੇ ਬੇਹੱਦ ਜ਼ਰੂਰੀ ਹੈ। ਇਹਨੂੰ ਲੈਣ ਵਾਸਤੇ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੈ। ਤੁਸੀਂ ਰੋ ਫਰੂਟਸ ਐਂਡ ਵੈਜੀਟੇਬਲਸ ਦੀਆਂ 5 to 7 ਸਰਵਿੰਗਸ ਹਰ ਰੋਜ਼ ਲਓ ਔਰ ਐਟਲੀਸਟ 2 ਚਮਚ ਈਸਬ ਗੋਲ ਦੇ ਤੁਹਾਨੂੰ ਜ਼ਰੂਰ ਲੈਣੇ ਚਾਹੀਦੇ ਹੈ। ਮੈਂ ਇੱਥੇ ਐਨਰਜੀ ਬਾਰੇ ਗੱਲ ਕਰ ਰਹੀ ਹਾਂ, ਮੈਂ ਕੌਨਸਟੀਪੇਸ਼ਨ ਦੀ ਗੱਲ ਨਹੀਂ ਕੀਤੀ ਬਿਕੋਜ਼ ਆਮ ਤੌਰ 'ਤੇ ਇਸ ਸਭ ਗੋਲ ਨੂੰ ਆਪਾਂ ਰਿਲੇਟ ਕਰਦੇ ਹਾਂ ਕੌਨਸਟੀਪੇਸ਼ਨ ਵਾਸਤੇ, ਲੇਕਿਨ ਕੌਨਸਟੀਪੇਸ਼ਨ ਨੂੰ ਦੂਰ ਕਰਨ ਵਾਸਤੇ ਨਹੀਂ, ਲੇਕਿਨ ਸਿਰਫ ਤੁਹਾਡੀ ਬੋਡੀ ਨੂੰ ਫਾਈਬਰ ਦੇ ਨਾਲ ਥਰਸ਼ ਕਰਨ ਲਈ ਮੈਂ ਇਸ ਸਭ ਗੋਲ ਦੀ ਗੱਲ ਕੀਤੀ ਹੈ। ਜਸਟ ਟ੍ਰਾਈ। ਜੇ ਤੁਹਾਨੂੰ ਲੱਗਦਾ ਹੈ ਤੁਹਾਡਾ ਮਾਇੰਡ ਫਰੈਸ਼ ਨਹੀਂ ਰਹਿੰਦਾ, ਤੁਹਾਨੂੰ ਥਕਾਨ ਰਹਿੰਦੀ ਹੈ, ਸੁਸਤੀ ਰਹਿੰਦੀ ਹੈ, ਤਾਂ ਹਰ ਰੋਜ਼ ਕਿਸੇ ਵੀ ਟਾਈਮ 'ਤੇ ਤੁਸੀਂ 2 ਟੀਸਪੂਨਸ ਆਫ ਇਸਬ ਗੋਲ ਜ਼ਰੂਰ ਲਓ। ਯੂ ਕੈਨ ਐਡ ਇਟ ਟੂ ਯੋਰ ਸਮੂਦੀਜ਼, ਯੂ ਕੈਨ ਐਡ ਇਟ ਟੂ ਯੋਰ ਦਹੀਂ, ਯੂ ਕੈਨ ਐਡ ਇਟ ਟੂ ਯੋਰ ਪੋਰੇਜ, ਕਿਸੇ ਵੀ ਚੀਜ਼ ਦੇ ਵਿੱਚ, ਈਵਨ ਰੋਟੀ ਦੇ ਵਿੱਚ ਵੀ ਤੁਸੀਂ ਆਪਣੇ ਜਿਹੜਾ ਡੋ ਬਣਾਉਂਦੇ ਹੋ ਉਹਦੇ ਵਿੱਚ ਵੀ ਤੁਸੀਂ ਇਸਬ ਗੋਲ ਦਾ ਇਸਤੇਮਾਲ ਕਰ ਸਕਦੇ ਹੋ। ਸੋ ਫਾਈਬਰ ਤੋਂ ਬਾਅਦ ਆਪਾਂ ਗੱਲ ਕਰਾਂਗੇ ਹੈਲਦੀ ਪ੍ਰੋਟੀਨਸ ਬਾਰੇ। ਹੁਣ ਮੈਂ ਜਦੋਂ ਵੀ ਕਲੀਨਿਕ 'ਤੇ ਮੇਰੇ ਕੋਲ ਕੋਈ ਪੇਸ਼ੈਂਟ ਆਉਂਦਾ, ਜਦੋਂ ਮੈਂ ਉਹਨਾਂ ਨੂੰ ਪੁੱਛਦੀ ਹਾਂ ਕਿ ਤੁਹਾਡੀ ਡਾਇਟ ਕੀ ਹੈ, ਤਾਂ ਆਮ ਤੌਰ 'ਤੇ ਮੈਨੂੰ ਇਹੀ ਜਵਾਬ ਮਿਲਦਾ ਹੈ, ਸਵੇਰੇ 2 ਰੋਟੀ, ਦੁਪਹਿਰੇ 2 ਰੋਟੀ, ਰਾਤੀ 2 ਰੋਟੀ। ਵੇਅਰ ਇਜ਼ ਦ ਪ੍ਰੋਟੀਨ? ਔਰ ਇੰਨੀ ਜ਼ਿਆਦਾ ਕਾਰਬਸ ਖਾ ਕੇ ਤੁਹਾਨੂੰ ਪ੍ਰੋਟੀਨ ਲੈਣ ਦੀ ਤਾਂ ਫੁਰਸਤ ਹੀ ਨਹੀਂ ਮਿਲੀ। ਸੋ ਮੈਂ ਤੁਹਾਨੂੰ ਸੁਝਾਅ ਦੇਣਾ ਚਾਹਾਂਗੀ ਕਿ ਤੁਸੀਂ ਆਪਣੀ ਡਾਇਟ ਦੇ ਵਿੱਚ ਪ੍ਰੋਟੀਨ ਨੂੰ ਕੰਸਿਡਰ ਜ਼ਰੂਰ ਕਰੋ, ਬਿਕੋਜ਼ ਪ੍ਰੋਟੀਨ ਦੇ ਆਰ ਦ ਬਿਲਡਿੰਗ ਬਲੋਕਸ ਆਫ ਆਰ ਬੋਡੀ। ਕਾਰਬਸ ਨੂੰ ਤੁਸੀਂ ਇੱਕ ਮੀਲ ਨੂੰ, ਤੁਸੀਂ ਆਪਣੇ ਖਾਣੇ ਨੂੰ, ਚਾਹੇ ਤੁਹਾਡਾ ਬ੍ਰੈਕਫਾਸਟ ਹੈ, ਚਾਹੇ ਤੁਹਾਡਾ ਡਿਨਰ ਹੈ, ਇੱਕ ਖਾਣਾ ਤੁਸੀਂ ਪ੍ਰੋਟੀਨ ਡਾਇਟ ਦੇ ਨਾਲ ਉਹਨੂੰ ਤੁਸੀਂ ਰਿਪਲੇਸ ਕਰੋ। ਇਟ ਇਜ਼ ਵੈਰੀ ਈਜ਼ੀ। ਸਵੇਰੇ ਉੱਠ ਕੇ ਪਰੌਂਠੇ ਖਾਣ ਦੀ ਬਜਾਏ ਯੂ ਕੈਨ ਹੈਵ ਸਪਰਾਊਟਸ, ਯੂ ਕੈਨ ਹੈਵ ਚਨਾ, ਯੂ ਕੈਨ ਹੈਵ ਐੱਗ ਵਾਈਟਸ। ਹਾਂ, ਉਹਦੇ ਨਾਲ ਜੇ ਤੁਸੀਂ ਇੱਕ ਜਾਂ 2 ਸਲਾਈਸਿਸ ਆਫ ਬਰਾਊਨ ਬ੍ਰੈਡ ਲੈਣਾ ਚਾਹੋ, ਹੋਲ ਵੀਟ ਲੈਣਾ ਚਾਹੋ, ਤਾਂ ਤੁਸੀਂ ਲੈ ਸਕਦੇ ਹੋ। ਜਾਂ ਤੁਸੀਂ ਸਮੂਦੀ ਲੈ ਸਕਦੇ ਹੋ ਜਿਹਦੇ ਵਿੱਚ ਦਹੀਂ ਹੈ, ਉਹਦੇ ਵਿੱਚ ਪ੍ਰੋਟੀਨ ਹੈ, ਸੋ ਯੂ ਕੈਨ ਐਡ ਨਟਸ ਟੂ ਇਟ, ਤਾਂ ਕਿ ਉਹ ਇੱਕ ਪ੍ਰੋਟੀਨ ਰਿਚ ਫੂਡ ਬਣ ਜਾਏ। ਜੇ ਤੁਹਾਨੂੰ ਕੋਈ ਪ੍ਰੋਟੀਨ ਸਪਲੀਮੈਂਟ ਲੈਣ ਦੀ ਲੋੜ ਹੈ, ਜੇ ਤੁਸੀਂ ਮਾਲ ਨਰਿਸ਼ਡ ਹੋ, ਤੁਹਾਡੇ ਵਿੱਚ ਪ੍ਰੋਟੀਨ ਦੀ ਕਮੀ ਹੈ, ਤਾਂ ਡੈਫੀਨੇਟਲੀ ਤੁਸੀਂ ਕੋਈ ਨਾ ਕੋਈ ਪ੍ਰੋਟੀਨ ਪਾਊਡਰ ਜਿਹੜਾ ਕਿ ਤੁਹਾਡੀ ਬੋਡੀ ਲਈ ਸੂਟਿਡ ਹੋਵੇ ਉਹ ਤੁਸੀਂ ਲੈ ਸਕਦੇ ਹੋ। ਸੋ ਫਾਈਬਰ ਐਂਡ ਪ੍ਰੋਟੀਨ ਦੀ ਆਪਾਂ ਗੱਲ ਕੀਤੀ। ਇਸ ਤੋਂ ਇਲਾਵਾ ਆਪਾਂ ਆਇਓਡੀਨ ਦੀ ਗੱਲ ਕਰਾਂਗੇ। ਜਿਹੜਾ ਆਇਓਡੀਨ ਹੈ, ਇੱਕ ਮਿਨਰਲ ਹੈ ਜਿਹੜਾ ਕਿ ਤੁਹਾਡੇ ਥਾਇਰੋਇਡ ਗਲੈਂਡ ਦੀ ਨੋਰਮਲ ਫੰਕਸ਼ਨਿੰਗ ਵਾਸਤੇ ਬਹੁਤ ਜ਼ਰੂਰੀ ਹੈ। ਔਰ ਜਿਹੜਾ ਥਾਇਰੋਇਡ ਗਲੈਂਡ ਹੈ ਉਹ ਤੁਹਾਡੇ ਐਨਰਜੀ ਮੈਟਾਬੋਲਿਜ਼ਮ ਦੇ ਵਿੱਚ ਬਹੁਤ ਬਹੁਤ ਇੰਪੋਰਟੈਂਟ ਰੋਲ ਪਲੇਅ ਕਰਦਾ ਹੈ। ਜੇ ਤੁਹਾਡੀ ਬੋਡੀ ਦੇ ਵਿੱਚ ਐਨਰਜੀ ਨਹੀਂ ਪ੍ਰੋਡਿਊਸ ਹੁੰਦੀ, ਤਾਂ ਇਹਦਾ ਮਤਲਬ ਹੈ ਕਿ ਤੁਹਾਡੇ ਥਾਇਰੋਇਡ ਦੇ ਵਿੱਚ ਕੋਈ ਨਾ ਕੋਈ ਕੰਸਰਨ ਚੱਲ ਰਿਹਾ। ਸੋ ਕਈ ਵਾਰ ਆਇਓਡੀਨ ਲੈਣ ਦੇ ਨਾਲ ਤੁਹਾਡੀਆਂ ਇਹ ਪ੍ਰੋਬਲਮ ਸੋਲਵ ਹੋ ਜਾਂਦੀਆਂ। ਇਟ ਇਜ਼ ਵੈਰੀ ਵੈਰੀ ਸਿੰਪਲ। ਜਿੰਨੇ ਵੀ ਸੀ ਫੂਡਸ ਹੈਗੇ ਆ ਉਹਦੇ ਵਿੱਚ ਆਇਓਡੀਨ ਹੁੰਦੀ ਹੈ, ਐਂਡ ਮੋਸਟ ਆਫ ਆਰ ਇੰਡੀਅਨ ਪਾਪੂਲੇਸ਼ਨ ਇਜ਼ ਵੈਜੀਟੇਰੀਅਨ, ਤਾਂ ਸਾਡਾ ਜਿਹੜਾ ਆਇਓਡਾਈਜ਼ ਸੋਲਟ ਹੈ ਉਹਨੂੰ ਤੁਸੀਂ ਇਸਤੇਮਾਲ ਕਰੋ, ਤਾਂ ਉਹਦੇ ਨਾਲ ਤੁਹਾਡੀ ਜਿਹੜਾ ਫਟੀਗ ਹੈ ਉਹ ਦੂਰ ਹੋਏਗਾ, ਤੁਹਾਡਾ ਮਾਇੰਡ ਜਿਹੜਾ ਹੈ ਉਹ ਫਰੈਸ਼ ਹੋਏਗਾ। ਨਾਓ, ਸਭ ਤੋਂ ਸਿੰਪਲ ਤਰੀਕਾ ਇੱਕ ਮੈਂ ਤੁਹਾਡੇ ਐਨਰਜੀ ਲੈਵਲਸ ਨੂੰ ਬੂਸਟ ਅਪ ਕਰਨ ਲਈ ਦੱਸਣਾ ਚਾਹੁੰਦੀ ਹਾਂ, ਉਹ ਹੈ ਵਾਟਰ। ਕਈ ਵਾਰ ਐਸਾ ਹੁੰਦਾ ਹੈ ਜਦੋਂ ਕਲੀਨਿਕ 'ਤੇ ਕੋਈ ਆਉਂਦਾ ਹੈ, ਜਦੋਂ ਉਹ ਮੈਨੂੰ ਇਸ ਤਰ੍ਹਾਂ ਦੇ ਸਿਮਟਮਸ ਦੱਸਦਾ ਹੈ ਕਿ ਮੈਨੂੰ ਬਹੁਤ ਥਕਾਨ ਰਹਿੰਦੀ ਹੈ, ਮੇਰੇ ਮਾਇੰਡ 'ਚ ਕਨਫਿਊਜ਼ਨ ਰਹਿੰਦੀ ਹੈ, ਮੈਨੂੰ ਬਹੁਤ ਉਦਾਸ ਰਹਿੰਦਾ ਹੈ, ਸਟ੍ਰੈੱਸ ਰਹਿੰਦਾ ਹੈ, ਤਾਂ ਮੈਂ ਉਹਨਾਂ ਨੂੰ ਪਹਿਲਾਂ ਪੁੱਛਦੀ ਹਾਂ ਕਿ ਤੁਸੀਂ ਪਾਣੀ ਕਿੰਨਾ ਪੀਂਦੇ ਹੋ ਦਿਨ ਦੇ ਵਿੱਚ। ਐਂਡ ਡੀਅਰ ਫਰੈਂਡਸ, ਇਹ ਮੇਰਾ ਕਲੀਨਿਕਲ ਐਕਸਪੀਰੀਅੰਸ ਹੈ ਕਿ ਜੇ ਤੁਸੀਂ ਡੀਹਾਈਡਰੇਟਿਡ ਹੈਗੇ ਹੋ, ਤੁਹਾਡੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੈ, ਤਾਂ ਉਹਦਾ ਇਫੈਕਟ ਤੁਹਾਡੇ ਮੈਂਟਲ ਹੈਲਥ 'ਤੇ ਡੈਫੀਨੇਟਲੀ ਪੈਂਦਾ ਹੈ। ਸੋ ਜਦੋਂ ਮੈਂ ਕਾਫੀ ਕੇਸਿਸ ਵਿੱਚ ਮੈਂ ਦੇਖਿਆ, ਨੋਟ ਆਲ ਦ ਕੇਸਿਸ, ਜਦੋਂ ਅਸੀਂ ਵਾਟਰ ਥੈਰੇਪੀ ਦਿੰਦੇ ਹਾਂ ਪੇਸ਼ੈਂਟਸ ਨੂੰ, ਨੋਟ ਅ ਥੈਰੇਪੀ ਕਿ ਜਿਹਦੇ ਵਿੱਚ ਸਾਰਾ ਦਿਨ ਅਸੀਂ ਪਾਣੀ ਹੀ ਪਿਲਾਉਣਾ, ਜਸਟ ਅਪਰੋਪਰੀਏਟ ਅਮਾਊਂਟ ਆਫ ਵਾਟਰ ਅਸੀਂ ਪੇਸ਼ੈਂਟਸ ਨੂੰ ਰੈਕਮੈਂਡ ਕਰਦੇ ਹਾਂ ਔਰ ਪੇਸ਼ੈਂਟਸ ਲੈਂਦੇ ਹੈ, ਤਾਂ ਉਹਨਾਂ ਦੇ ਐਨਰਜੀ, ਸਟੈਮਿਨਾ ਔਰ ਮੈਂਟਲ ਸਟੇਬਿਲਿਟੀ ਦੇ ਵਿੱਚ ਕਾਫੀ ਫਰਕ ਆਉਂਦਾ ਹੈ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਤੁਸੀਂ ਆਪਣੀ ਡਾਇਟ ਵਿੱਚ ਫਾਈਬਰ ਸ਼ਾਮਿਲ ਕਰੋ। ਆਪਣੀ ਡਾਇਟ ਦੇ ਵਿੱਚ ਤੁਸੀਂ
सही मात्रा विच प्रोटीन शामिल करो, आयोडीन शामिल करो और सही मात्रा विच पानी। इस तो अलावा तुसी मेडिटेट करो, किसी ना किसी तरह की एक्सरसाइज करो ताकि तुसी अपनी लाइफ नू अच्छी तरह जी पाओ और बिना किसी मेंटल स्ट्रेस के।